ਸਰਕਾਰੀ ਰੇਟ ਟੁੱਟ ਗਿਆ ਜੀ ਉਸ ਕਰਕੇ ਅਸੀਂ ਮਜਬੂਰ ਹੋ ਗਿਆ ਪ੍ਰਾਈਵੇਟ ਰੇਟ ਜੇ ਮੁੱਲ ਨਹੀਂ ਮਿਲਦਾ ਜੀ ਪੂਰਾ ਨਹੀਂ ਆਉਂਦਾ ਰੇ ਸਫਰੇ ਦਾ ਜੀ ਕਿੱਥੋਂ ਪਾਵਾਂਗੇ ਵਰਕੇ ਪਾਣੀ ਨਹੀਂ ਪੂਰਾ ਆਉਂਦਾ ਜੀ ਸਰਕਾਰ ਉੱਥੇ ਜਿਹੜਾ ਅਨਾਜ ਖਰੀਦੀ ਨਹੀਂ ਉਹ ਸਰਕਾਰ ਜੇ ਖਰੀਦੇ ਜ ਕਾਨੂੰ ਇਹਨਾਂ ਅਸੀਂ ਦੁੱਖ ਸਹੀ ਹੈ ਜੀ ਕਾਦੇ ਵਾਸਤੇ ਆਣਾ ਸੀ ਕਿ 7 ਕਿੱਲੇ 56 ਛੱਡ ਕੇ ਇਹ ਹਾਲਾਤ ਵਹੀ ਹੋਣਗੇ ਵੀ ਜਿਹੜੇ ਸਾਡੇ ਨਾਲ ਹੋਇਆ ਜੀ ਇਹ ਸਾਰੇ ਵੀਰ ਭਾਈ ਨੂੰ ਕਹਿਣਾ ਸਭ ਮਿਲ ਕੇ ਲੜੋ ਪੰਜਾਬ ਦੀ ਹੋਵੇ ਬਿਹਾਰ ਕੇ ਕੋਈ ਸਾਰੇ ਲੜੋ ਭਾਈ ਸਭ ਕੇ ਬਸ ਸਹਿਯੋਗ ਨਾ ਰਹੀਏ ਤਾਂ ਪਾ ਜਿੱਤ ਸਕਦੇ ਸਨ ਸਤਿ ਸ਼੍ਰੀ ਅਕਾਲ ਜੀ ਰਹਿਮਤ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਜੱਸੀ ਬਰਾੜ ਬਠਿੰਡਾ ਤੋਂ ਅੱਜ ਗੱਲ ਕਰਦੇ ਆਂ ਖੇਤੀ ਆਡੀਅנס ਨੂੰ ਲੈ ਕੇ ਖੇਤੀ ਆਡੀਅੰਸ ਜਿੱਥੇ ਕੀ ਸਰਕਾਰਾਂ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਨਾਲ ਹੀ ਜੋ ਕਿਸਾਨ ਨੇ ਸੜਕਾਂ ਤੋਂ ਰੇਲਾਂ ਦੇ ਅੰਦਰੂਲਣ ਤੱਕ ਆ ਚੁੱਕੇ ਨੇ ਜਿਨ੍ਹਾਂ ਨੇ ਕਿ ਪੈਟਰੋਲ ਪੰਪ ਹੋਰ ਟੋਲ ਟੈਕਸ ਅਤੇ ਵੱਡੇ ਘਰਾਣਿਆਂ ਦੇ ਜਿਹੜੇ ਦੁਕਾਨਾਂ ਨੇ ਉਹ ਵੀ ਬੰਦ ਕਰਵਾ ਦਿੱਤੀਆਂ ਪਰ ਕਿਤੇ ਨਾ ਕਿਤੇ ਜਿਹੜਾ ਖੇਤੀ ਆਰਡੀਨੈਂਸ ਹੈ ਕਈਆਂ ਨੂੰ ਹਜੇ ਤੱਕ ਪਤਾ ਹੀ ਨਹੀਂ ਇਹ ਰਿਐਲਿਟੀ ਦੇ ਵਿੱਚ ਹੈ ਕੀ ਹੈ ਸਾਡੇ ਨਾਲ ਜਿੱਥੇ ਕਿ ਤੁਸੀਂ ਰੋਜ਼ ਰੋਜ਼ ਦੇਖਦੇ ਆ ਰਹੇ ਹੋ ਕਿ ਪੰਜਾਬ ਦੇ ਕਿਸਾਨਾਂ ਨਾਲ ਤੁਹਾਡੀ ਰੋਜ਼ ਹੀ ਗੱਲਬਾਤ ਹੁੰਦੀ ਹੈ ਤੁਸੀਂ ਚੈਨਲਾਂ ਤੇ ਵੀ ਦੇਖ ਰਹੇ ਹੋ ਸਭ ਕੁਝ ਪਰ ਅੱਜ ਤੁਹਾਨੂੰ ਅਸੀਂ ਇੱਕ ਬਿਹਾਰ ਦੇ ਕਿਸਾਨ ਨਾਲ ਮਲਾਉਣ ਜਾ ਰਹੇ ਹਾਂ ਉਹ ਆਪਾਂ ਨੂੰ ਦੱਸੇਗਾ ਵੀ ਬਿਹਾਰ ਦੇ ਵਿੱਚ ਇਹ ਜਿਹੜਾ ਕਿ ਰੂਲ ਸੀ ਜੋ ਰੈਗੂਲਰ ਰੈਗੂਲੇਸ਼ਨ ਸੀ ਜਮੀਨੀ ਪੱਤਰ ਦੇ ਸੀ ਪ੍ਰਾਈਵੇਟ ਘਰਾਣੇ ਉੱਥੇ ਫਸਲਾਂ ਖਰੀਦਦੇ ਸਨ ਉਹ ਉੱਥੇ ਕੀ ਹਾਲਾਤ ਨੇ ਆਪਾਂ ਪੂਰੀ ਉਸਤਰੀ ਨਾਲ ਹੀ ਗੱਲ ਕਰਾਂਗੇ ਤੇ ਆਜੋ ਆਪਾਂ ਕਰਦੇ ਹਾਂ ਉਸ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਸਿਮਰਹਾਰ ਰਿਆ ਜ਼ਿਲ੍ਹਾ ਜੀ ਬਿਹਾਰ ਕੀ ਨਾਮ ਹੈ ਤੁਹਾਡਾ ਰਾਜੂ ਕੁਮਾਰ ਜੀ ਰਾਜੂ ਤੇਰੇ ਕੋਲੇ ਕਿੰਨੀ ਪੈਲੀ ਆ ਉੱਥੇ 7 ਬਿਗਏ ਜੀ 7 ਬਿਗਏ ਹੈ ਹਾਂਜੀ ਤੇ ਇੱਥੇ ਤੈਨੂੰ ਆਏ ਨੂੰ ਕਿੰਨਾ ਟਾਈਮ ਹੋ ਗਿਆ ਪੰਜਾਬ ਦੇ ਵਿੱਚ ਪੰਜਾਬ ਚੋਂ ਤਾਂ 10 ਸਾਲ ਹੋ ਗਿਆ ਜੀ ਅੱਛਾ ਹਾਂ 10 ਸਾਲ ਤੋਂ ਲਗਾਤਾਰ ਪੰਜਾਬ ਚ ਰਹਿਣਾ ਜੀ ਤੂੰ ਇੱਥੇ ਕਿਉਂ ਆਇਆ ਜਦੋਂ ਤੇਰੇ ਕੋਲ ਤੇ 7 ਕਿੱਲੇ ਪੈਲੀ ਆ ਇੱਥੇ ਤਾਂ ਪੈਲੀ ਲੋ ਹੈ ਹੀ ਵੈਸੇ ਥੋੜੀ ਐ ਸਾਡੇ ਉਮਰ ਤੇ ਜੀ ਉਹ ਸਰਕਾਰੀ ਰੇਟ ਟੁੱਟ ਗਿਆ ਜੀ ਉਸ ਕਰਕੇ ਅਸੀਂ ਮਜਬੂਰ ਹੋ ਗਿਆ ਪ੍ਰਾਈਵੇਟ ਰੇਟ ਜੇ ਮੁੱਲ ਨਹੀਂ ਮਿਲਦਾ ਜੀ ਪੂਰਾ ਨਹੀਂ ਆਉਂਦਾ ਰੇ ਸਫਰੇ ਦਾ ਜੀ ਕਿੱਥੋਂ ਪਾਵਾਂਗੇ ਮੁਰਕੇ ਵੀ ਪਾਣੀ ਨਹੀਂ ਪੂਰਾ ਆਉਂਦਾ ਜੀ ਕੀ ਕੀ ਫਸਲ ਹੁੰਦੀ ਆ ਤੁਹਾਡੇ ਕੋਲ ਇੱਥੇ ਹੁੰਦਾ ਤਾਂ ਸਾਰਾ ਕੁਝ ਮੀਂਹ ਜਦੋਂ ਝੋਨਾ ਦਾ ਟਾਈਮ ਆਉਂਦਾ ਮੀਂਹ ਚ ਚੋਨਾ ਡੁੱਬ ਜਾਂਦਾ ਜੀ ਚੋਨਾ ਧੁੰਦੇ ਨਹੀਂ ਕਣਕ ਤਮੱਕੀ ਦੋਹੀ ਸੀ ਜਨੰਦੇ ਤੇ ਜਿਹੜਾ ਕਣਕ ਦੇ ਰੇਟ ਆ ਉਥੇ ਕੀ ਰੇਟ ਵਿਕਦੀ ਹੈ ਜੇ ਅੱਜ ਕਣਕ ਫੋ ਵੇਚਣੀ ਹੋਵੇ ਤੇ ਉਥੇ ਕਣਕ ਦੇ ਜੀ 1100 ਵੀ ਹੁੰਦਾ ਵਿੱਚ 1200 ਵੀ ਹੁੰਦਾ ਜੀ 11 1200 ਤੇ ਜਦੋਂ ਜਿਹੜੀ ਥੋੜੀ ਕਣਕ ਹੈ ਜਾਂ ਮੱਕੀ ਹੈ ਉਹ ਕੌਣ ਖਰੀਦਣ ਆਉਂਦਾ ਉਹ ਪ੍ਰਾਈਵੇਟ ਵਾਲੇ ਬੰਦੇ ਆਉਂਦਾ ਜੀ ਬਸ ਘਰੇਲੂ ਜਿਹਦੇ ਲੈਣਾ ਹੁੰਦਾ ਉਹ ਬਾਹਰ ਸੇਲ ਕਰ ਲੈਂਦਾ ਮੋਟਾ-ਮੋਟਾ ਮਾਰ ਲੈਂਗੇ ਤੇ ਜਿਹੜੇ ਪੈਸੇ ਆ ਤੁਹਾਨੂੰ ਮਿਲ ਜਾਂਦੇ ਨਾਲ ਦੀ ਨਾਲ ਕੀ ਮਿਲਦੇ ਨਹੀਂ ਮਿਲਦਾ ਜੀ ਛੇ-ਛੇ ਮਹੀਨੇ ਨਹੀਂ ਮਿਲਦਾ ਕਈ ਤਾਂ ਪਤਾ 6-6 ਮਹੀਨੇ ਤੁਹਾਨੂੰ ਉਹਦੇ ਪੈਸੇ ਨਹੀਂ ਮਿਲਦੇ ਤੇ ਸਰਕਾਰ ਉੱਥੇ ਜਿਹੜਾ ਅਨਾਜ ਖਰੀਦਦੀ ਨਹੀਂ ਉਹ ਸਰਕਾਰ ਜੇ ਖਰੀਦੇ ਜ ਕਾਨੂੰ ਇੰਨਾ ਅਸੀਂ ਦੁੱਖ ਸਹੀ ਹੈ ਜੀ ਕਾਦੇ ਵਾਸਤੇ ਆਣਾ ਸੀ ਕਿ 6-7 ਕਿੱਲੇ ਬਾਣ ਚੜ ਚੜ ਕੇ ਤੇ ਥੋੜੇ ਜਿਹੜੇ ਦੂਜੇ ਪਰਿਵਾਰ ਦੇ ਮੈਂਬਰ ਉਹ ਕੀ ਕਰਦੇ ਆ ਉਹ ਵੀ ਇਦਰੇ ਰਹਿੰਦਾ ਜੀ ਤਿੰਨ ਪਾਈ ਤੇਨੇ ਪਾਈ ਇਦਰੇ ਰਹਿਣਾ ਸੀ ਪੰਜਾਬ ਚ ਜੀ ਤਿੰਨੇ ਤਿੰਨੇ ਪਾਈ ਪੰਜਾਬ ਚ ਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਆ ਕੇ ਅਨਾਜ ਖਰੀਦਣ ਗਈਆਂ ਤੇ ਕੀ ਲੱਗ ਰਿਹਾ ਪੰਜਾਬ ਦੇ ਕੀ ਹਾਲਾਤ ਹੋਣਗੇ ਕੀ ਹਾਲਾਤ ਵਹੀ ਹੋਣਗੇ ਵੀ ਜਿਹੜੇ ਸਾਡੇ ਨਾਲ ਹੋਇਆ ਜੀ ਇਹ ਸਾਰੇ ਵੀਰ ਭਾਈ ਨੂੰ ਕਹਿਣਾ ਸਭ ਮਿਲ ਕੇ ਲੜੋ ਪੰਜਾਬ ਦੀ ਹੋਵੇ ਬਿਹਾਰ ਕੇ ਕੋਈ ਸਾਰੇ ਲੜੋ ਭਾਈ ਸਭ ਕੇ ਬਸ ਸਹਿਯੋਗ ਨਾ ਰਹੀਏ ਤਾਂ ਫਿਰ ਜਿੱਤ ਸਕਦਾ ਜੀ ਹੁਣ ਤੂੰ ਇੱਥੇ ਕੰਮ ਕਰ ਰਿਹਾ ਤੈਨੂੰ 10 ਸਾਲ ਹੋ ਗਏ ਕੰਮ ਕਰਦਿਆਂ ਨੂੰ ਜਿਹੜੇ ਪੰਜਾਬ ਇੱਥੇ ਪੰਜਾਬ ਦੇ ਕਿਸਾਨ ਐ ਪੰਜਾਬ ਦੇ ਕਿਸਾਨ ਹੁਣ ਧਰਨਿਆਂ ਤੇ ਬੈਠੇ ਐ ਰੇਲਾਂ ਰੋਕ ਰੇ ਐ ਰੋਡ ਰੋਕ ਰੇ ਐ ਤੇ ਤੂੰ ਵੀ ਜਾਏਂਗਾ ਫਿਰ ਉਹਨਾਂ ਦੇ ਨਾਲ ਹਾਂਜੀ ਜਾਊਂਗਾ ਨਾਰੀ ਐ ਜੀ ਜਿੱਥੇ ਸਰਦਾਰ ਜਾਨ ਕੇ ਸਰਦਾਰ ਦੇ ਨਾਰੀ ਮੈਂ ਵੀ ਹੂੰ ਜੀ ਤੇ ਜੇਕਰ ਇਹ ਇੱਥੇ ਰੂਲ ਲਾਗੂ ਹੋ ਜਾਂਦੇ ਆ ਖੇਤੀ ਆਰਡੀਨੈਂਸ ਲਾਗੂ ਹੋ ਜਾਂਦਾ ਪ੍ਰਾਈਵੇਟ ਲੋਕ ਫਸਲਾਂ ਖਰੀਦਣ ਲੱਗੇ ਫਿਰ ਤੁਹਾਡੇ ਤੇ ਪੰਜਾਬ ਤੇ ਬਿਹਾਰ ਚ ਕੋਈ ਫਰਕ ਰਹੂਗਾ ਫਰਕ ਪੂਰੇ ਰਹਿਣਗੇ ਜੀ ਕਿੰਨਾ ਲੱਖੋ ਕਰੋੜੋ ਬੰਦੇ ਇੱਥੇ ਕਮਾ ਕੇ ਗੁਜ਼ਰ ਕਰਦਾ ਜੀ ਕਿੰਨਾ ਪੁੱਖ ਮਰਨਗੇ ਜੀ ਜੇ ਪੰਜਾਬ ਜੇ ਹੋ ਗਿਆ ਫਿਰ ਕੀ ਕਰਨੇ ਆਉਣਗੇ ਜ਼ਿੰਮੇਵਾਰ ਨਹੀਂ ਬਚਣਾ ਤਾਂ ਗਰੀਬ ਨੂੰ ਕਿੱਥੇ ਦੇਣਗੇ ਜੀ ਤੁਸੀਂ ਤਾਂ ਬਿਹਾਰ ਛੱਡ ਕੇ ਪੰਜਾਬ ਦੇ ਵਿੱਚ ਆ ਗਏ ਤੇ ਪੰਜਾਬੀ ਕਿੱਥੇ ਜਾਣਗੇ ਉਹੀ ਤਾਂ ਗੱਲ ਹੈ ਜੀ ਜੇ ਅਸੀਂ ਇੱਥੇ ਪਹਿਲੇ ਇੰਨਾ ਕਰੋੜਾ ਲੋਕ ਹੈ ਪੰਜਾਬ ਦੇ ਵਿੱਚ ਗਿਣਤੀ ਕਰ ਲੂ ਕਿੰਨੇ ਬਈਏ ਹੋਣਗੇ ਜੀ ਸਾਰੇ ਦਾ ਗੁਜ਼ਾਰਾ ਹੁੰਦਾ ਜੀ ਕੋਈ ਫੈਕਟਰੀ ਜੇ ਕੋਈ ਕਿਤੇ ਬਹੁਤ ਬੰਦੇ ਹੁਣ ਸਾਡੇ ਪਿੰਡ ਦੀ ਹੋਣਗੇ 200 ਬੰਦੇ ਜੀ ਇਸ ਟਾਈਮ ਤੇ ਹੁਣ ਜਦੋਂ ਇਹਨਾਂ ਦੇ ਨਾਲ ਆ ਜਿਹੜਾ ਖੇਤੀ ਆਰਡੀਨੈਂਸ ਲਾਗੂ ਹੋ ਜਾਣਾ ਇਹਨਾਂ ਦੇ ਨਾਲ ਜੇ ਤੇ ਜੇ ਹੁਣ ਆਉਣ ਵਾਲੇ ਸਮੇਂ 'ਚ ਜੱਟ ਆਪਣੇ ਜ਼ਿਮੀਦਾਰ ਭਰਾ ਜਿੰਨਾਂ ਕੋਲੇ ਤੂੰ ਕੰਮ ਕਰਦਾ ਹੈ ਕਹਿੰਨ ਵੀ ਆਪਾਂ ਉੱਥੇ ਚੱਲਣਾ ਧਰਨੇ ਤੇ ਤੇ ਫਿਰ ਝੰਡਾ ਲੈ ਕੇ ਚੱਲਣਾ ਤੇ ਹਾਂ ਚੱਲਾਂਗੇ ਜੀ ਕਿਉਂ ਨਹੀਂ ਚੱਲਾਂਗੇ ਅੱਛਾ ਇਹਨਾਂ ਦੇ ਨਾਲ ਖੜਨਾ ਪੂਰਾ ਨਾਲ ਖੜਨਾ ਜੀ ਇਹ ਸਨ ਸਾਡੇ ਨਾਲ ਜੋ ਕਿ ਇੱਕ ਬਿਹਾਰ ਦਾ ਕਿਸਾਨ ਹੈ ਜਿਹਦੇ ਕੋਲੇ 7 ਕਿੱਲੇ ਪੈਲੀ ਆ ਉਹਨੇ ਤੁਹਾਨੂੰ ਦੱਸਿਆ ਵੀ ਮੈਂ 7 ਕਿੱਲੇ ਪੈਲੀ ਹੋਣ ਦੇ ਬਾਵਜੂਦ ਵੀ ਇੱਥੇ ਨੌਕਰੀ ਕਰ ਰਿਹਾ ਜਿਨ੍ਹਾਂ ਦੇ ਕੋਲੇ 2-2 ਕਿੱਲੇ ਪੈਲੀ ਹੈ ਪਰ ਕਿਤੇ ਨਾ ਕਿਤੇ ਜੇਕਰ ਗੱਲ ਕਰ ਲਈਏ ਪੰਜਾਬ ਦੀ ਤੇ ਬਿਹਾਰ ਦੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਹ ਕਹਿਣਾ ਵੀ ਜੇਕਰ ਖੇਤੀ ਆਰਡੀਨੈਂਸ ਬਿੱਲ ਲਾਗੂ ਹੁੰਦੇ ਆ ਪ੍ਰਾਈਵੇਟ ਘਰਾਣੇ ਫਸਲਾਂ ਖਰੀਦਣਾਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਪੰਜਾਬ ਦੇ ਵੀ ਕਿਤੇ ਨਾ ਕਿਤੇ ਬਣ ਸਕਦੇ ਆ ਸਾਡੇ ਨਾਲ ਕਿਸਾਨ ਵੀਰ ਪੰਜਾਬ ਦੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਵੀ ਇਹ ਕਿਸ ਤਰ੍ਹਾਂ ਲੈਂਦੇ ਆ ਇਹਨੂੰ ਸਸਿਕਾ ਬੀਜੀ ਸਸਿਕਾ ਬੀਜੀ ਅ ਵੀਚ ਕੀ ਨਾਮ ਆ ਤੁਹਾਡਾ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਤੇ ਇਹ ਲੜਕਾ ਤੁਹਾਡੇ ਕੋਲੇ ਕੰਮ ਕਰਦਾ ਕਿੰਨੇ ਸਾਲਾਂ ਤੋਂ ਕੰਮ ਕਰਦਾ ਇਹ 3 ਸਾਲ ਤੋਂ ਕਰ ਰਿਹਾ ਜੀ ਸਾਡੇ ਕੋਲ ਕੰਮ ਤੇ ਇਹ ਤੁਹਾਡੇ ਨਾਲ ਕੰਮ ਕਰਦਾ ਤੇ ਤੁਹਾਨੂੰ ਹੁਣ ਇਹ ਲੱਗ ਰਿਹਾ ਵੀ ਇਹਨੇ ਤੁਹਾਨੂੰ ਜਿਹੜੇ ਹਾਲਾਤ ਦੱਸੇ ਆ ਬਿਹਾਰ ਦੇ ਕਦੋਂ ਤੇ ਦੱਸਦਾ ਹੁੰਦਾ ਤੂੰ ਇਹ ਜਿੱਦਣ ਦੇ ਆਪਣੇ ਆਰਡੀਨੈਂਸ ਜਾਰੀ ਹੋਏ ਜੀ ਉਸ ਦਿਨ ਦਾ ਹੀ ਦੱਸ ਦਿੰਦਾ ਸਾਨੂੰ ਵੀ ਸਾਡੇ ਕਣਕਾਰ ਰੇਟ ਵਿਗਦੀ ਝੋਨਾ ਰੇਟ ਵਿਗਦਾ ਮੱਕੀ ਮੰਨ ਲਓ ਹੁਣ ਉੱਥੇ 8-900 ਰੁਪਏ ਚੱਲੀ 1800 ਰੁਪਏ ਰੇਟ ਹੈ ਸਰਕਾਰੀ ਇਹ ਦੱਸਦੇ ਰਹਿੰਦਾ ਵੀ ਸਾਡੇ ਉੱਤੇ ਪ੍ਰਾਈਵੇਟ ਵਾਲ ਤੋ ਮੰਨ ਲਓ 6 ਮਹੀਨੇ ਪੈਸੇ ਨਹੀਂ ਦਿੰਦੇ ਆ ਆਪਣੀ ਮਰਜ਼ੀ ਨਾਲ ਸਾਡੀ ਫਸਲ ਗਰੀਦ ਕੇ ਲੈ ਕੇ ਜਾਂਦੇ ਆ ਜੀ ਜਦੋਂ ਇਹ ਤੁਹਾਨੂੰ ਇਹ ਗੱਲਾਂ ਦੱਸਦਾ ਕਿਤੇ ਨਾ ਕਿਤੇ ਤੁਹਾਨੂੰ ਵੀ ਦਿਲ 'ਚ ਡਰ ਨਹੀਂ ਆਉਂਦਾ ਵੀ ਵੀ ਇਹ ਜਦੋਂ ਉੱਥੇ ਇਹ ਹਾਲਾਤ ਹੈ ਸਾਡੇ ਨਾਲ ਕੀ ਹਾਲ ਹੋਊਗਾ ਹਾਂਜੀ ਪੂਰੇ ਡਰਾਂ ਜੀ ਜਦੋਂ ਅੱਜ ਇਹ ਆਪਣੇ ਆਗੇ ਦਿਹਾੜੀ ਕਰਨਾ ਮੰਨ ਲਓ 6 ਮਹੀਨਿਆਂ ਨੂੰ ਆਪਣੇ ਜੇ ਸਾਲ ਨੂੰ ਲਾਗੂ ਹੋਇਆ ਆਡਿਨੈਂਸ ਪੂਰਾ ਪ੍ਰੋਪਰ ਤੌਰ ਤੇ ਤੇ ਆਪਾਂ ਨਹੀਂ ਫਸਲ ਉਹ ਲੈ ਗਏ ਤੇ ਪੈਸੇ ਨਹੀਂ ਆਏ ਤੇ ਆਪਣਾ ਰੋਜ਼ਗਾਰ ਕਿਵੇਂ ਚੱਲੂ ਇਹਨਾਂ ਦੇ ਤਾਂ ਖਰਚੇ ਹੀ ਬਹੁਤ ਘਟਾ ਜੀ ਪੰਜਾਬ ਦੇ ਤਾਂ ਹਰੇਕ ਕਿਸਾਨ ਦੇ ਖਰਚੇ ਇੰਨੇ ਜ਼ਿਆਦਾ ਤੇ ਉਹ ਤਾਂ ਬਿਲਕੁਲ ਨਹੀਂ ਟੈਂਪਾਸ ਹੋਣਾ ਜੀ ਕਿਤੇ ਨਾ ਕਿਤੇ ਜਿਹੜਾ ਗਾਣਿਆਂ ਵਾਲਾ ਜੱਟ ਐ ਜਿਹੜਾ ਗਾਣਿਆਂ ਵਾਲਾ ਜੱਟ ਜ਼ਿਮੀਂਦਾਰ ਦਿਖਦਾ ਵੀ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਉਹ ਫਿਰ ਉਹ ਕਿੱਥੋਂ ਚੱਲਣਗੀਆਂ ਜੀ ਹਾਂਜੀ ਹਾਂ ਉਹ ਤਾਂ ਚੱਲਣੇ ਨਹੀਂ ਫਿਰ ਆਪੇ ਹੀ ਫਾਇ ਲੈਣ ਨੂੰ ਤਿਆਰ ਹੋ ਜਾਣੀ ਹੈ ਜ਼ਿਮੀਂਦਾਰੀ ਅੱਗੀ ਮਰ ਰਹੇ ਆ ਕਿਸਾਨ ਤਾਂ ਕਿਤੇ ਨਾ ਕਿਤੇ ਜਿਹੜੇ ਕੀ ਸਰਕਾਰਾਂ ਆ ਸਰਕਾਰਾਂ ਕਹਿੰਦੀਆਂ ਵੀ ਅਸੀਂ ਹੋਰ ਕੁਝ ਨਹੀਂ ਅਸੀਂ ਸਿਰਫ ਬਚੋਲੀ ਹੀ ਖਤਮ ਕੀਤੇ ਆ ਜੋ ਪੰਜਾਬ ਦੇ ਵਿੱਚ ਆੜਤੀਏ ਉਹ ਬਚੋਲੀਏ ਤੁਹਾਨੂੰ ਲੱਗਦਾ ਵੀ ਆੜਤੀਏ ਤੁਹਾਡਾ ਬਚੋਲਾ ਸੀ ਨਹੀਂ ਸਾਨੂੰ ਨਹੀਂ ਲੱਗਦਾ ਬਚੋਲਾ ਜੀ ਉਹ ਸਾਡਾ ਸਰਕਲ ਹੀ ਉਹਦੇ ਨਾਲ ਚੱਲਦਾ ਜੀ ਨੌਵੇਂ ਮਾਸ ਦਾ ਰਿਸ਼ਤਾ ਹੀ ਉਹਨਾਂ ਨਾਲ ਮੰਨ ਲਓ ਬਜ਼ੁਰਗਾਂ ਤੋਂ ਲਾ ਆੜਤੀਏ ਨਾਲ ਸਰਕਲ ਚੱਲੀ ਜਾਂਦਾ ਕੋਈ ਕਾਰਜ ਹੈ ਕੋਈ ਵਿਆਹ ਕੋਈ ਬਿਮਾਰੀ ਹੈ ਜੀ ਰਾਤ ਬਰਾਤੇ ਫੋਨ ਕਰਕੇ ਜਦੋਂ ਮਰਜ਼ੀ ਪੈਸੇ ਫੜ ਸਕਦੇ ਆ ਜੀ ਉਹਨਾਂ ਤੋਂ ਕਿਤੇ ਨਾ ਕਿਤੇ ਜਿਹੜਾ ਕੀ ਤੁਹਾਡੇ ਹੁਣ ਰਿਸ਼ਤੇ ਆ ਆਪਸੀ ਰਿਸ਼ਤੇ ਆ ਉਹਦੇ ਵਿੱਚ ਸਰਕਾਰਾਂ ਦਰਾਰ ਪਾਉਣੀਆਂ ਚਾਹੁੰਦੀਆਂ ਕਿ ਨਹੀਂ ਦੇਖੋ ਧਾਰਤਾ ਜੀ ਪਾਈ ਜਾਨੀ ਐ ਪਰ ਆੜਤੀਏ ਬਿਨਾ ਜ਼ਿੰਮੇਵਾਰ ਦਾ ਸਰਕਲ ਨਹੀਂ ਚੱਲਣਾ ਜੀ ਮੰਨ ਲਓ ਬੈਂਕਾਂ ਤੋਂ ਪੈਸੇ ਸੀ ਕਿੱਥੋਂ ਲੈ ਲੈਣ ਜੀ ਜਿਹਦੇ ਅੱਜ ਜਮਾ ਨਹੀਂ ਮੰਨ ਲਓ ਇੱਕ ਕਿਸਾਨ ਨੇ ਅੱਜ ਕਰਜ਼ਾ ਹੀ ਆ 5 ਲੱਖ ਰੁਪਏ ਦਾ ਉਹਨੇ 20000 ਰੁਪਏ ਦੀ ਲੋੜ ਪਈ ਅਕਸਰ ਆੜਤੀਏ ਉਹਨੂੰ ਕੋਈ 10000 ਰੁਪਏ ਦੇ ਕੇ ਤੁਰੂਗਾ ਨਾ ਮੈਂ ਕਿਹੜਾ ਗੀਤ ਸੁਣਨ ਵੇਸੇ ਜੇ ਪ੍ਰਾਈਵੇਟ ادارے ਨੇ ਤੁਹਾਡੀਆਂ ਫਸਲਾਂ ਖਰੀਦ ਲੀਆਂ ਚਲੋ ਖਰੀਦਦਾਂ ਆ ਜਾਂਦੇ ਆ ਖਰੀਦ ਕੇ ਲੈ ਜਾਂਦੇ ਆ ਫਿਰ ਪੈਸੇ ਦਾ ਸਰਕਲ ਕਿੱਥੋਂ ਚੱਲੇ ਨਹੀਂ ਬਹੁਤ ਮੁਸ਼ਕਲ ਹੈ ਜੀ ਕਿਤੇ ਵੀ ਨਹੀਂ ਚੱਲ ਸਕਦਾ ਉਹਨਾਂ ਨੇ ਤਾਂ ਹੋ ਸਕਦਾ ਮੜਕੇ ਆਪੇ ਕਿਹਦੇ ਅਪੀਲ ਕਰ ਸਕਦਾ ਜੀ ਦੋ ਇਹ ਤਾਂ ਆਖੀ ਜਾਂਦੇ ਤੁਸੀਂ ਐਸਡੀਐਮ ਤੱਕ ਜਾਂ ਡੀਸੀ ਤੱਕ ਕਰ ਸਕਦੇ ਗਾਂ ਕਿਸੇ ਨਹੀਂ ਸੁਣਵਾਈ ਹੈਣੀ ਦੱਸੋ ਅਸੀਂ ਕਿੱਥੇ ਅਪੀਲ ਕਰਾਂ ਤੇ ਰਾਜੂ ਨੇ ਕਿਹਾ ਵੀ ਜੇਕਰ ਸਰਦਾਰ ਜੀ ਤੁਸੀਂ ਧਰਨੇ ਤੇ ਜਾਂਦੇ ਹੋ ਤਾਂ ਮੈਂ ਤੁਹਾਡੇ ਮੂਰੇ ਲੱਕੇ ਚਾ ਹਾਂਜੀ ਹਾਂ ਇਹ ਪੂਰਾ ਉਤਸ਼ਾਹ ਹੈ ਜਿੱਥੇ ਮਰਜੀ ਆਖੀ ਨਾਲ ਜਾਣ ਨੂੰ ਹਰ ਵਕਤ ਤਿਆਰ ਹੈ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਾਜੂ ਹੈ ਤੁਹਾਡੇ ਤੇ ਠੀਕ ਹੈ ਵੀ ਪੀੜ ਪੈਣੀ ਹੈ ਜਾਂ ਨਹੀਂ ਪੈਣੀ ਅੱਗੇ ਆਉਣ ਵਾਲਾ ਸਮਾਂ ਤੇ ਇਹ ਤੁਹਾਡੇ ਨਾਲ ਇਸ ਤਰ੍ਹਾਂ ਹੀ ਚੱਲੂਗਾ ਹਾਂਜੀ ਹਾਂ ਇਹਨੂੰ ਤਾਂ ਨਾਲ ਹੀ ਰੱਖਾਂਗੇ ਵਿਚਾਰੇ ਕਿਧਰ ਜਾਣਗੇ ਜੀ ਆਪਣੇ ਨਾਲ ਹੀ ਇਹ ਹੋ ਸਕਦਾ ਹੈ ਕਿ ਆਹ ਆਪਣੇ ਹਾਲਾਤ ਵੀ ਇਦਾਂ ਦੇ ਹੋ ਜਾਣ ਫਿਰ ਵੀ ਨਾਲ ਹੀ ਨਹੀਂ ਇਹ ਇਹਨਾਂ ਨੇ ਕਿੱਥੇ ਜਾਣਾ ਜੀ ਇਹਨਾਂ ਨੇ ਦੱਸਿਆ ਵੀ ਇਹ ਸਾਡੇ ਪਰਿਵਾਰ ਦੇ ਮੈਂਬਰ ਬਣ ਚੁੱਕੇ ਆ ਪਰਿਵਾਰ ਦੇ ਮੈਂਬਰਾਂ ਵਾਂਗ ਹੈ ਕਿਤੇ ਨਾ ਕਿਤੇ ਆੜਤੀਏ ਦਾ ਜਿਹੜਾ ਰਿਸ਼ਤਾ ਉਹ ਵੀ ਸਾਡਾ ਪਰਿਵਾਰਕ ਰਿਸ਼ਤਾ ਹੈ ਅ ਦੇਖਣ ਵਾਲੀ ਗੱਲ ਤਾਂ ਸਰੋਤ ਇਹ ਹੈ ਵੀ ਜੇਕਰ ਹਾਲਾਤ ਮਾੜੇ ਹੁੰਦੇ ਆ ਤਾਂ ਕਿਤੇ ਨਾ ਕਿਤੇ ਪੰਜਾਬ ਤੇ ਬਿਹਾਰ ਦੇ ਵਿੱਚ ਹਾਲਾਤਾਂ ਦਾ ਥੋੜਾ ਫਰਕ ਹੀ ਰਹਿ ਜਾਣਾ ਮੈਂ ਜੱਸੀ ਬਰਾੜ ਰਹਿਮਤ ਟੀਵੇ ਦੇ ਲਈ ਸਸਤੀਕਾਲ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਪ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ ਫੇਸਬੁੱਕ ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ